ਕਾਨੂੰਨ ਨੂੰ ਲੈ ਕੇ ਦਿੱਲੀ ਵਿੱਚ ਕਿਸਾਨ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਲਈ ਅੜੇ ਹੋਏ ਹਨ ਉੱਥੇ ਹੀ ਕੇਂਦਰ ਸਰਕਾਰ ਟਾਸ ਤੋਂ ਮਾਸ ਨਹੀਂ ਹੋ ਰਹੀ ਉੱਥੇ ਹੀ ਫਤੇਗੜ ਸਾਹਿਬ ਵਿਖੇ ਹਲਕ ਸਾਬਕਾ ਚੇਅਰਮੈਨ ਬਜੀ ਸਿੰਘ ਪੁੱਟਾ ਦੀ ਅਗਵਾਈ ਵਿੱਚ ਲੋਕਾਂ ਵੱਲ ਵੱਡੀ ਇਕੱਠੀ ਦੀ ਦੇ ਸਾਰੇ ਬਾਜੀ ਕੀਤੀ ਜਾ ਰਹੀ ਆ ਜਿਵੇਂ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਟਾਸ ਤੋਂ ਮਾਸ ਨਹੀਂ ਹੋ ਰਹੀ ਉੱਥੇ ਹੀ ਰਾਜਨਾਥ ਵੱਲੋਂ ਜਿਹੜੇ ਬਿਆਨਬਾਜ਼ੀ ਦਿੱਤੀ ਗਈ ਹੈ ਕਿ ਜਿਹੜੇ ਕਿਸਾਨਾਂ ਵੱਲੋਂ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ਪਰੰਤੂ ਰੱਦ ਨਹੀਂ ਕੀਤੇ ਜਾਣਗੇ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਸਾਫਕਾ ਚੇਅਰਮੈਨ ਬਲਜੀ ਸਿੰਘ ਭੁੱਟਣ ਉਹਨਾਂ ਦਾ ਕਈ ਕਹਿਣਾ ਹੈ ਸਸਕਾ ਜੀ ਸਸਕਾ ਜੀ ਦੇਖੋ ਜਿਹੜਾ ਅੱਜ ਜਿਵੇਂ ਕਿਸਾਨਾਂ ਸਮੁੱਚਾ ਦੇਸ਼ ਦਾ ਕਿਸਾਨ ਔਰ ਕਿਸਾਨੀ ਨਾਲ ਜੁੜੇ ਹੋਏ ਲੋਕ ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧ ਰੱਖਦੇ ਨੇ ਸਾਰੇ ਲੋਕ ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੈਬਨਿਟ ਤੋਂ ਇੱਕ ਮੰਗ ਕਰਦੇ ਨੇ ਵੀ ਸਾਰੇ ਜਿਹੜੇ ਕਾਨੂੰਨ ਨੇ ਇਹ ਰੱਦ ਕੀਤੇ ਜਾਣ ਪਰ ਅੱਜ ਜਿਵੇਂ ਸਰਕਾਰ ਕੁਛ ਨਾ ਕੁਛ ਝੁਕੀ ਹੈ ਪਰ ਸਰਕਾਰ ਅਜੇ ਤੱਕ ਵੀ ਇਹ ਗੱਲ ਕਹਿ ਰਹੀ ਹੈ ਵੀ ਅਸੀਂ ਜਿਹੜੇ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜੀ ਆ ਸੋਧ ਕਰ ਦੰਨੇ ਆ ਪਰ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਔਰ ਸਮੁੱਚੇ ਜਿੰਨਾ ਵੀ ਲੋਕ ਉੱਥੇ ਮੋਰਚੇ ਦੇ ਵਿੱਚ ਬੈਠੇ ਆ ਸਾਰਿਆਂ ਦੀ ਇੱਕੋ ਮੰਗ ਆ ਵੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਸੋਧ ਕਰਨ ਤੱਕ ਕੋਈ ਸਮਝੌਤਾ ਨਹੀਂ ਇਹ ਕਾਨੂੰਨ ਰੱਦ ਸਰਕਾਰ ਕਰੇ ਕਿਉਂਕਿ ਜਿਹੜੇ ਕਾਨੂੰਨ ਨੇ ਇਹਨਾਂ ਕਾਨੂੰਨਾਂ ਦੀ ਬਹੁਤ ਵੱਡੀ ਮਾਰ ਪੈਣੀ ਆ ਜਿਹੜੇ ਸਾਡੇ ਦੇਸ਼ ਵਾਸੀ ਨੇ ਇਸ ਕਰਕੇ ਅੱਜ ਜਿਹੜਾ ਸਾਰੇ ਲੋਕਾਂ ਦੀ ਇਹ ਮੰਗ ਆ ਦੂਜੀ ਜਿਹੜੀ ਅੱਜ ਅਸੀਂ ਸਾਡੀ ਮੀਟਿੰਗ ਕਰਨ ਦਾ ਇਹ ਮਸਲਾ ਹੈ ਜਿਹੜਾ ਮਸਲਾ ਇਹਦੇ ਸਬੰਧ ਜੋਸ ਭਾਰਤੀ ਕਿਸਾਨ ਯੂਨੀਅਨ ਦੀ ਸਮੂਚੀਆਂ ਟੀਮਾਂ ਨੇ ਸਮੁੱਚੇ ਆਗੂਆਂ ਨੇ ਜਿਹੜਾ ਫੈਸਲਾ ਲਿਆ ਕੱਲ ਨੂੰ ਭਾਰਤ ਬੰਦ ਦਾ 8 ਤਰੀਕ ਨੂੰ ਕਰਨ ਦਾ ਉਹਦੇ ਲਈ ਅਸੀਂ ਅੱਜ ਸਮੁੱਚੇ ਦੁਕਾਨਦਾਰ ਔਰ ਜਿਹੜੇ ਸਾਡੇ ਇੱਥੇ ਵਪਾਰੀ ਭਰਾ ਨੇ ਸਾਡੇ ਆੜ ਤੀਨੇ ਚਾਹੇ ਉਹ ਉਹਨਾਂ ਸਾਰਿਆਂ ਨਾਲ ਅਸੀਂ ਮੀਟਿੰਗ ਕਰਕੇ ਅੱਜ ਇੱਕ ਜਿਹੜੀ ਫੈਸਲਾ ਕੀਤਾ ਵੀ ਅਸੀਂ ਜਿਹੜਾ ਕੱਲ ਨੂੰ 8 ਤਰੀਕ ਨੂੰ ਬੰਦ ਹੈ ਉਹਦਾ ਜਿਹੜਾ ਸਾਰੇ ਸਾਨੂੰ ਇਹਨਾਂ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਇਹਨੂੰ ਪੂਰਨ ਤੌਰ ਤੇ ਬਾਜ਼ਾਰ ਨੂੰ ਜਿਹੜਾ ਬੰਦ ਕਰਾਂਗੇ ਆਪਣੇ ਕਾਰੋਬਾਰਾਂ ਨੂੰ ਬੰਦ ਕਰਾਂਗੇ ਤਾਂ ਕਿ ਦੇਸ਼ ਦੀ ਸਰਕਾਰ ਤੱਕ ਦੇਸ਼ ਦੇ ਹੁਕਮਾਂ ਤੱਕ ਇਹ ਇੱਕ ਮੈਸੇਜ ਜਾਵੇ ਸੁਨੇਹਾ ਜਾਵੇ ਵੀ ਅੱਜ ਦੇਸ਼ ਦੇ ਸਮੁੱਚੇ ਲੋਕਾਂ ਦੀ ਇੱਕ ਮੰਗ ਹੈ ਲੋਕ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਮੰਗ ਕਰ ਰਹੇ ਨੇ ਇਹ ਅਸੀਂ ਜਿਹੜਾ ਸੁਨੇਹਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਇਹ ਬ 11 ਦਿਨ ਤੋਂ ਧਰਨੇ ਤੇ ਦਿੱਲੀ ਦੇ ਕਿਸਾਨ ਡਟੇ ਹੋਏ ਨੇ ਤੇ ਕੇਂਦਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਕੀ ਤੁਹਾਨੂੰ ਲੱਗਦਾ ਕਿ 9 ਤਰੀਕ ਨੂੰ ਜਿਹੜੀ ਦਸੰਬਰ ਦੀ ਮੀਟਿੰਗ ਆ ਉਹਦੇ ਵਿੱਚ ਵੀ ਕੋਈ ਸਸਾਰਥਿਕ ਨਤੀਜੇ ਸਾਹਮਣੇ ਆਉਣਗੇ ਦੇਖੋ ਜੋ ਅੱਜ ਪਿਛਲੇ 9 ਦਿਨਾਂ ਤੋਂ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਿਆ ਹੋਇਆ ਔਰ ਸਮੁੱਚੇ ਦੇਸ਼ਾਂ ਤੋਂ ਸਾਨੂੰ ਸਪੋਰਟ ਮਿਲ ਰਹੀ ਆ ਔਰ ਲੋਕ ਵੀ ਆ ਰਹੇ ਨੇ ਔਰ ਅੱਜ ਕੇਂਦਰ ਸਰਕਾਰ ਦੇਖੋ ਮੀਟਿੰਗ ਜਿਹੜੀ ਤੁਸੀਂ ਗੱਲ ਕੀਤੀ ਹੈ ਮੀਟਿੰਗ ਹਰ ਇੱਕ ਤੋਂ ਇੱਕ ਉਮੀਦ ਹੁੰਦੀ ਹੈ ਵੀ ਉਹ ਜਿਹੜੀ ਸਾਨੂੰ ਜਿਹੜੇ ਇੱਕ ਕਾਨੂੰਨ ਹੈ ਰੱਦ ਹੋ ਜਾਣ ਪਰ ਜਿਵੇਂ ਅੱਜ ਪਿਛਲੇ ਸਮੇਂ 'ਚ ਟਾਲਮਟੋਲ ਵਾਲੀ ਗੱਲ ਕੀਤੀ ਐ ਉਹ ਸਾਰੀਆਂ ਗੱਲਾਂ ਨੂੰ ਕਿਨਾਰੇ ਕਰਕੇ ਜੱਥੇਬੰਦੀਆਂ ਦੇ ਇੱਕੋ ਦੋ ਟੁਕ ਫੈਸਲਾ ਜਾਂ ਯੈਸ ਜਾਂ ਨੋ ਔਰ ਉਮੀਦ ਹੈ ਵੀ ਜਿਹੜੀ ਜਿਵੇਂ ਅੱਜ ਸਮੁੱਚੇ ਦੇਸ਼ ਦੇ ਲੋਕ ਇਕੱਠੇ ਨੇ ਹਰ ਮੰਗ ਕਰ ਰਹੇ ਨੇ ਵੀ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਰੱਦ ਕਰਨਾ ਮੰਨੇਗੀ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਪਰ ਕਿਸਾਨਾਂ ਨੂੰ ਅਜੇ ਤੱਕ ਉਮੀਦ ਹੈ ਕਿ ਜਿਹੜਾ ਮੀਟਿੰਗਾਂ ਦੇ ਵਿੱਚ ਕੋਈ ਸਾਰਤਿਕ ਨਤੀਜੇ ਸਾਹਮਣੇ ਆਉਣਗੇ ਕਿ ਕਿਤਨੇ ਕਿਤੇ ਕੇਂਦਰ ਸਰਕਾਰ ਝੁਕਦੀ ਦਿਖਾਈ ਦੇ ਰਹੀ ਹੈ ਉੱਥੇ ਹੀ ਸਾਡੇ ਨਾਲ ਦਰਬਾਰਾ ਸਿੰਘ ਰੰਧਾਵਾ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਜੀ ਜਿਹੜੇ ਇਹਨੇ ਸਰਕਾਰ ਨੇ ਕਾਨੂੰਨ ਬਣਾਏ ਨੇ ਇਹ ਰੱਦ ਹੋਣੇ ਚਾਹੀਦੇ ਨੇ ਇਹ ਹੰਕਾਰੀ ਹੋਈ ਸਰਕਾਰ ਹੈ ਇਹ ਅਜ ਰੱਦ ਕਰਨਾ ਚਾਹੁੰਦੀ ਈ ਪਰ ਇਹ ਜਿਹੜਾ ਕਿਸਾਨਾਂ ਦਾ ਘੱਟਾ ਹੈ ਇਹਨੂੰ ਰੱਦ ਕਰਾ ਕੇ ਹਟੂਗਾ ਇਸਾਂ ਦਰਬਾਰਾ ਸਿੰਘ ਰੰਧਾਵਾ ਜਿਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਹਜੂਮ ਹਰ ਵਰਗ ਦਿੱਲੀ ਦੇ ਵਿੱਚ ਧਰਨੇ ਦੇ ਵਿੱਚ ਕਿਸਾਨਾਂ ਦੀ ਹਮਾਇਤ ਕਰ ਰਿਹਾ ਤੇ ਕਿਸਾਨ ਕੇਂਦਰ ਸਰਕਾਰ ਨੂੰ ਝੁਕਾ ਕੇ ਹੀ ਇਹ ਖੇਤੀ ਕਾਨੂੰਨ ਰੱਦ ਕਰਾਵੇਗੇ ਉੱਥੇ ਹੀ ਸਾਡੇ ਨਾਲ ਬਲਵਿੰਦਰ ਸਿੰਘ ਸਹਾਰਨੇ ਇਹਨਾਂ ਨਾਲ ਗੱਲ ਕਰਦੇ ਉਹਦਾ ਕੀ ਕਹਿਣਾ ਹੈ ਸਸੀਕਰ ਮੋਦੀ ਸਰਕਾਰ ਹੰਕਾਰੀ ਹੋਈ ਸਰਕਾਰ ਆ ਇਹਨੂੰ ਇਹ ਨਹੀਂ ਪਤਾ ਵੀ ਸਿੱਖ ਕੌਮ ਕਿਹੜੀ ਕੌਮ ਹੈ ਇਹ ਤਾਂ ਆਪਣਾ ਕਦੇ ਵੀ ਪਿੱਠ ਨਹੀਂ ਦਿਖਾਉਂਦੀ ਇਹ ਅੱਗੇ ਹੀ ਅੱਗੇ ਵੱਧਦੀ ਹੈ ਜਿਵੇਂ ਸੂਰਾ ਸੋ ਪਛਾਣਨੀ ਹੈ ਲੜੇ ਦੀਨ ਕੇ 헤 ਉर्जा-ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਇਹ ਮੋਦੀ ਨੂੰ ਭੁਲੇਖਾ ਜਿਹੜਾ ਕਿ ਸਾਨੂੰ ਉ ਜਾਣਾ ਚਾਹੁੰਦਾ ਪਰ ਅਸੀਂ ਮੈਦਾਨ ਛੱਡ ਕੇ ਜਾਣ ਵਾਲੇ ਨਹੀਂ ਹੈਗੇ ਅਸੀਂ ਭੁਜਾ ਕੇ ਰ੍ਹਾਂਗੇ ਮੋਦੀ ਸਰਕਾਰ ਤਿੰਨੇ ਕਾਨੂੰਨਾਂ ਨੂੰ ਰੱਦ ਕਰੇ ਅਤੇ ਸਾਡੇ ਜ਼ਿਮੀਦਾਰਾਂ ਨੂੰ ਰਹਿਤ ਦੇਵੇ ਵਾਹਿਗੁਰੂ ਜੀ ਖਾਲਸਾ ਵਾਹਿ ਰਿਫਤ ਉਸ ਮੇਸ਼ ਪਿਤਾ ਦੇ ਵਾਰਸ ਇਹ ਜਾਣਦੇ ਨਹੀਂ ਕਿ ਸਿੱਖ ਕੌਮ ਅਜਿਹੀ ਕੌਮ ਆ ਜੋ ਕਿ ਇੱਥੇ ਮੁਗਲ ਹਕੂਮਤ ਤੇ ਗੋਰਿਆਂ ਨਾਲ ਦੇਸ਼ ਤੋਂ ਭਜਾਇਆ ਸੀ ਉਥੇ ਹੀ ਗੱਲ ਕਰਾਂਗੇ ਸਾਡੇ ਨਾਲ ਹੋਰ ਆਗੂ ਉਹਨਾਂ ਦਾ ਗੱਲ ਕਰਦੇ ਉਹਨਾਂ ਦਾ ਕੀ ਕਰਨ ਸਸਟੀ ਕਾਲ ਜੀ ਸਸਟੀ ਕਾਲ ਜੀ ਇਹ ਖੇਤੀ ਬਾੜੀ ਲਈ ਜਿਹੜੇ ਕਾਨੂੰਨ ਬਣਾਏ ਗਏ ਨੇ ਸੈਂਟਰ ਸਰਕਾਰ ਵੱਲੋਂ ਇਹ ਤਿੰਨੇ ਰੱਦ ਹੋਣੇ ਚਾਹੀਦੇ ਨੇ ਇਹ ਜ਼ਿਮੀਂਦਾਰਾਂ ਲਈ ਤੇ ਮਜ਼ਦੂਰਾਂ ਲਈ ਸਾਰੇ ਦੁਕਾਨ ਮਨ ਲਈ ਬਹੁਤ ਘਾਤਕ ਨੇ ਖੇਤੀ ਕਾਨੂੰਨ ਹਰ ਵਰਗ ਲਈ ਘਾਤਕ ਸਿੱਧ ਹੋਣਗੇ ਇਹ ਵੀ ਇਹਨਾਂ ਦਾ ਕਹਿਣਾ ਕਿ ਕਿਸਾਨ ਹਰ ਵਰਗ ਤੋਂ ਜਿੱਥੇ ਕੀ ਕੇਂਦਰ ਦੇ ਜਿਵੇਂ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨਾਲ ਤੱਕਾ ਕਰਦੀ ਜਾ ਰਹੀ ਉਹਥੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਇਹ ਵੀ ਸੀਨੀਅਰ ਆਗੂ ਨੇ ਉਹਨਾਂ ਦਾ ਕੀ ਕਹਿਣਾ ਹੈ ਕਿ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੇ ਦੁਕਾਨਦਾਰ ਭਰਾਵਾਂ ਵੱਲੋਂ ਕਿਸਾਨ ਯੂਨੀਅਨ ਨੂੰ ਕਿਸਾਨ ਮੋਰਚੇ ਨੂੰ ਪੂਰਾ ਸਰਮਸਥਨ ਦਿੰਨਾ ਹੈ 8 ਤਰੀਕ ਬੰਦ ਦਾ ਬਾਕੀ ਹਰ ਤਰ੍ਹਾਂ ਦਾ ਸਹਿਯੋਗ ਸਾਡੇ ਵੱਲੋਂ ਇਹਨਾਂ ਨੂੰ ਜਦ ਵੀ ਸਾਨੂੰ ਕਦੇ ਕਾਲ ਲੈਣਗੇ ਚਾਹੇ ਦਿੱਲੀ ਜਾਣ ਵਾਸਤੇ ਕਹਿਣ ਅਸੀਂ ਆਪਣੇ ਦੁਕਾਨਦਾਰ ਭਰਾ ਆਪਣੀਆਂ ਦੁਕਾਨਾਂ ਬੰਦ ਕਰਕੇ ਦਿੱਲੀ 'ਚ ਜਾ ਕੇ ਵੀ ਇਹਨਾਂ ਦਾ ਸਮਰਥਨ ਦੇਣ ਨੂੰ ਤਿਆਰ ਆਂ ਕੀ ਕਾਰਨ ਹੈ ਕਿ ਕੇਂਦਰ ਸਰਕਾਰ ਝੁਕ ਨਹੀਂ ਰਹੀ ਤੇ ਕੇਂਦਰ ਸਰਕਾਰ ਹੰਕਾਰੀ ਵੀ ਸਰਕਾਰ ਹੈ ਉਹ ਆਪਣਾ ਆਡੀ ਵਾਲਾ ਰਵਈਆ ਲਈ ਬੈਠੀ ਆ ਪਰ ਉਹਨੂੰ ਪਤਾ ਨਹੀਂ ਹੈ ਵੀ ਉਹਨਾਂ ਦਾ ਵਾਹ ਕਿਹਦੇ ਨਾਲ ਪਿਆ ਇਹ ਪੰਜਾਬ ਦੇ ਸੂਰਬੀਰ ਜਉਦੇ ਨੇ ਜਿਨ੍ਹਾਂ ਨਾਲ ਉਹਦਾ ਵਾਹ ਪਿਆ ਪਰ ਉਹਨੂੰ ਪਹੁੰਚਣਾ ਪਊਗਾ ਖੇਤੀ ਕਾਨੂੰਨਾਂ ਦੇ ਜਿਹੜੇ ਸਾਰਥਕ ਨਤੀਜੇ ਜੇਕਰ ਕੇਂਦਰ ਸਰਕਾਰ ਨੇ ਨਾ ਕੱਢੇ ਤਾਂ ਕੇਂਦਰ ਨੂੰ ਇਸ ਦੇ ਮਾੜੇ ਨਤੀਜੇ ਭੁਗਤਨੇ ਪੈਣਗੇ B5 ਚੈਨਲ ਤੋਂ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ B5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ